ਤੇ ਮੈਂ ਐਲਾਨ ਕਰਦਾ ਫਿਰਦਾ ਵਾਂ ਜੀ ਕਹਿ ਦੋ ਏ ਸਾਰਾ ਜ਼ਮਾਨਾ ਇੱਕ ਪਾਸੇ ਪੰਜ ਤਨ ਦਾ ਘਰਾਨਾ ਇੱਕ ਪਾਸੇ ਓਏ ਪੰਜ ਤਨ ਦਾ ਘਰਾਨਾ ਇੱਕ ਪਾਸੇ ਇਹ ਸਾਰਾ ਜ਼ਮਾਨਾ ਇੱਕ ਪਾਸੇ ਪੰਜ ਤਨ ਦਾ ਘਰਾ ਪਾਸੇ ਓਏ ਪੰਜ ਤਨ ਦਾ ਘਰਾਨ ਇਹ ਤੇ ਸਾਰੇ ਮੁਹਿੱਬੀਨ ਬੈਠੇ ਹੋਏ ਨੇ, ਮੁਤੀਨ ਬੈਠੇ ਹੋਏ ਨੇ, ਮੁਤਬੀਨ ਰਸੂਲ ਦੇ ਬੈਠੇ ਨੇ, ਅਹਿਲੇ ਬੈਤ ਹੁਬਦਾਰ ਬੈਠੇ ਨੇ, ਇਹ ਤੇ ਮੁਹੱਬਤ ਕਰਨ ਵਾਲੇ ਨੇ ਜਿਹਨੂੰ ਅਹਿਲੇ ਬੈਤ ਨਾਲ ਪਿਆਰ ਨਹੀਂ ਉਹਦੇ ਕਲਮੇ ਦਾ ਵੀ ਇਤਬਾਰ ਨਹੀਂ। ਕਹਿ ਦੋ ਜੈਨੂੰ ਪੰਜ ਤਨ ਨਾਲ ਪਿਆ ਰਿਲਹੀ ਓਏ ਜੈਨੂੰ ਪੰਜ ਤਨ ਨਾਲ ਪਿਆ ਰਿਲਹੀ ਉਹਦਾ ਬੇੜਾ ਪਾਰ ਨਹੀਂ ਓਏ ਉਹਦਾ ਬੇੜਾ ਹੋਣਾ ਪਾਰ ਨਹੀਂ ਓਏ ਜਿਹੜਾ ਚੋਂ ਯਾਰਾਂ ਦਾ ਯਾਰ ਨਹੀਂ ਓਏ ਜਿਹੜਾ ਚੋਂ ਯਾਰਾਂ ਦਾ ਯਾਰ ਨਹੀਂ ਉਹ ਜੰਨਤ ਦਾ ਹੱਕਦਾਰ ਨਹੀਂ ਓ ਜਿਹਨੂੰ ਪੰਜ ਤਨ ਲਾ ਇਹ ਪੰਜ ਤਨ ਨਾਲ ਮੁਹੱਬਤ ਦੀ ਨਿਸ਼ਾਨੀ ਅਲਹਮਦੁਲਿਲਾਹ ਇੱਕ ਜੁਮਾ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਦਿਲ ਕਰਦਾ ਸਾਰੀ ਜ਼ਿੰਦਗੀ ਜ਼ਿਕਰ ਹੁਸੈਨ ਦੰਦਰ ਗੁਜ਼ਾਰੀ ਜਾਏ ਅੱਲਾ ਦੀ ਇੱਜ਼ਤ ਦੀ ਕਸਮ ਹੁਸੈਨ ਕੌਣ ਹੈ ਹੁਸੈਨ ਓ ਮਿੰਨੀ ਵਾ ਆਨਾ ਮਿਨਲ ਹੁਸੈਨ ਬੇਖਤਾ ਜ਼ਬਾਨ ਤੂੰ ਹਸਨੈਨ ਦੇ ਨਾਨਾ ਨੇ ਫਰਮਾਇਆ ਹੁਸੈਨ ਮੁਝ ਸੇ ਹੈ ਮੈਂ ਹੁਸੈਨ ਸੇ ਹੂੰ ਕਿਤਨਾ ਬੜਾ ਮਕਾਮ ਮੇਰੇ ਆਕਾ ਹੁਸੈਨ ਕਾ ਹੈ ਕਿ ਹੁਸੈਨ ਓ ਮਿੰਨੀ ਵਾ ਅਨਾ ਮਿਨਲ ਹੁਸੈਨ ਆਓ ਨਬੀ ਕੇ ਦੀਵਾਨੋ ਮਸਤਾਨੋ ਸੁਨੋ ਮੈਂ ਤਰਤੀਬ ਸੇ ਗੁਜ਼ਸ਼ਤਾ ਜੁਮਾ ਜਹਾਂ ਛੋੜਾ ਥਾ ਆਜ ਵਹੀਂ ਸੇ ਫਿਰ ਸ਼ੁਰੂ ਕਰ ਦੇਤਾ ਹੂੰ ਕਿ ਨਬੀ ਕਾ ਨਵਾਸਾ ਸ਼ਹਜ਼ਾਦਾ ਗੁਲਗੂ ਕਬਾ ਰਾਹ ਕੇ ਬੇਦੋਸ਼ ਮੁਸਤਫਾ ਨੂਰ ਨਿਗਾਹ ਮੁਰਤਜ਼ਾ ਲਖਤ ਜਿਗਰ ਫਾਤਿਮਤ ਜ਼ਹਰਾ ਆਪ ਖਿਲਾਫਤ ਕੇ ਲਈ ਨਹੀਂ ਆਏ ਆਪ ਬਾਦਸ਼ਾਹਤ ਕੇ ਲਈ ਨਹੀਂ ਆਏ ਮਲੂਕੀਅਤ ਲੈਣੇ ਨਹੀਂ ਆਏ ਬਾਦਸ਼ਾਹਤ ਲੈਣੇ ਨਹੀਂ ਆਏ ਕਿਉਂਕਿ ਖਾਜਾ ਅਜਮੇਰੀ ਨੇ ਫਰਮਾ ਦਿਆ ਸ਼ਾਹ ਅਸਤ ਹੁਸੈਨ ਬਾਦਸ਼ਾਹ ਅਸਤ ਹੁਸੈਨ ਹੁਸੈਨ ਤੋਂ ਖੁਦ ਸ਼ਹਿਨ ਸ਼ਾਹ ਹੈ ਉਸਕੋ ਤਖਤ ਵ ਤਾਜ ਕੀ ਜ਼ਰੂਰਤ ਨਹੀਂ ਔਰ ਫਿਰ ਮੈਂ ਅਕਸਰ ਕਹਾ ਕਰਤਾ ਹੂੰ ਕਿ ਜਿਸ ਕੇ ਲੀਏ ਯਜ਼ੀਦ ਨੇ ਲੱਖੋਂ ਯਤਨ ਕੀਏ ਵੋ ਤਾਜ ਤੋ ਹੁਸੈਨ ਕੇ ਕਦਮੋਂ ਕੀ ਧੂਲ ਹੈ ਵੋ ਤਾਜ ਤੋ ਹੁਸੈਨ ਕੇ ਕਦਮੋਂ ਕੀ ਧੂਲ ਹੈ ਮਸਲਾ ਅਸਲ ਮੈਂ ਇਹ ਨਹੀਂ ਥਾ ਮਸਲਾ ਇਹ ਥਾ ਇੱਕ ਫਾਸਿਕ ਓ ਫਾਜਰ ਨੇ ਇਮਾਮ ਹੁਸੈਨ ਸੇ ਬੈਅਤ ਮੰਗੀ ਹੈ ਵੋਟ ਮੰਗਾ ਹੈ ਹੁਸੈਨ ਅਲੀ ਮਕਾਮ ਨੇ ਫਰਮਾਇਆ ਸਰ ਦੇ ਸਕਤਾ ਹੂੰ ਲੇਕਿਨ ਇੱਕ ਫਾਸਿਕ ਓ ਫਾਜਰ ਕੋ ਮੈਂ ਵੋਟ ਨਹੀਂ ਦੇ ਸਕਤਾ ਮੇਰਾ ਪਾਕ ਹਾਥ ਹੈ ਪਲੀਦ ਹਾਥ ਮੈਂ ਜਾ ਸਕਤਾ ਨਹੀਂ ਸਰਦਾਦ ਨਦਾਦ ਦਸਤ ਦਰ ਦਸਤ ਯਜ਼ੀਦ ਹੱਕਾ ਕੇ ਬਿਨਾ ਆਏ ਲਾ ਇਲਾ ਅਸਤ ਹੁਸੈਨ ਮੈਦਾਨ ਕਰਬਲਾ ਕੇ ਅੰਦਰ ਦਸਵੀਂ ਤਾਰੀਖ ਜੋ ਗੁਜ਼ਰੀ ਹੈ ਇਮਾਮ ਹੁਸੈਨ ਆਲੀ ਮਕਾਮ ਅਲੈ ਸਲਾਮ ਇਤਨੀ ਬੜੀ ਅਜ਼ਮਤ ਕੇ ਮਾਲਿਕ ਆਪ ਤੀਨ ਦਿਨ ਸੇ ਪਿਆਸੇ ਥੇ ਤੀਨ ਦਿਨ ਸੇ ਭੂਖੇ ਥੇ ਮਗਰ ਹੁਸੈਨ ਕੌਣ ਥੇ ਹੁਸੈਨ ਕੇਂਦਰ ਰਸੂਲੁੱਲਾਹ ਕਾ ਖੂਨ ਥਾ ਸ਼ੇਰ ਖੁਦਾ ਕੇ ਲਾਲ ਥੇ ਸੈਯਦਾ ਫਾਤਿਮਾ ਜ਼ਹਰਾ ਕੇ ਬੇਟੇ ਥੇ ਔਰ ਹੁਸੈਨ ਡਰਨੇ ਵਾਲੇ ਨਹੀਂ ਥੇ ਹੁਸੈਨ ਇੱਕ ਸ਼ੇਰ ਕੇ ਬੇਟੇ ਹੈ ਔਰ ਸ਼ੇਰ ਕਭੀ ਬੁਜ਼ਦਿਲ ਨਹੀਂ ਹੋਤਾ ਬੋਲੋ ਸ਼ੇਰ ਫਿਰ ਸ਼ੇਰ ਵੀ ਆਮ ਨਹੀਂ ਅੱਲਾਹ ਕਾ ਸ਼ੇਰ ਅਲੀ ਅਸਦੁੱਲਾਹ ਹੈ ਬੋਲੋ ਅਲੀ ਅਸਦੁੱਲਾਹ ਹੈ ਅਸਦੁੱਲਾਹ ਕਾ ਮਾਨਾ ਇਹ ਹੈ ਕਿ ਅੱਲਾਹ ਕਾ ਸ਼ੇਰ ਅਲੀ ਅੱਲਾਹ ਕਾ ਸ਼ੇਰ ਹੈ ਜੋ ਸ਼ੇਰ ਹੋਤਾ ਹੈ ਵੋ ਕਿਸੀ ਸੇ ਦਬਤਾ ਨਹੀਂ ਕਿਸੀ ਸੇ ਡਰਤਾ ਨਹੀਂ ਕਿਸੀ ਫਾਸੇ ਕੋ ਫਾਜਰ ਕੇ ਆਗੇ ਝੁਕਤਾ ਨਹੀਂ ਇਮਾਮ ਅਲੀ ਮਕਾਮ ਨੇ ਸਭ ਕੁਛ ਕੁਰਬਾਨ ਕਰਵਾ ਦਿਆ ਇਮਾਮ ਅਲੀ ਮਕਾਮ ਕੇ ਰਫਕਾ ਆਪ ਕੇ ਗੁਲਾਮ ਅਬਦੁੱਲਾ ਵਾਹ ਬਿਨ ਕਲਬੀ ਇਹ ਇਨਕੀ ਸ਼ਾਦੀ ਕੋ 17 ਜਾਂ 18 ਦਿਨ ਹੋਏ ਥੇ ਕਰਬਲਾ ਕੇ ਕਰੀਬ ਰਹਤੇ ਥੇ ਇਹ ਕਾਫਲੇ ਮੇਂ ਆ ਮਿਲੇ ਤੇ ਉਨਕੋ ਪਤਾ ਚਲਾ ਕਿ ਯੇ ਜ਼ਾਲਮੋਂ ਨੇ ਇਨਕੋ ਘੇਰ ਲਿਆ ਹੈ
इन्होंने कहा हुसैन मैं आपके नाम पर जान देना चाहता हूँ। और आपकी बीवी ने भी कहा कि मुझे भी लाठी दो, मैं भी लड़ना चाहती हूँ। और आपने फरमाया कि मुस्तफ़ा की शरीयत में औरत जिहाद नहीं कर सकती, मरम पट्टी हो सकती है, आप उसमें शामिल नहीं हो सकते। इसलिए वो भी रुक गई, वरना वो भी तैयार थी। वाह बिन अब्दुल्ला कलबी ने शहादत का जाम नोश किया, हजरत हुर ने शहादत का जाम नोश किया, फिर गुलामों ने जाम नोश करते हुए आले अतहार की जब बारी आई तो सबसे पहले हजरत कासिम अपनी जान का नजराना पेश करने के लिए मैदान के अंदर उतरे तो कासिम को इमाम अली मकाम ने रोका, फरमाया आप मेरे भाई की निशानी हो, आपको देखता हूँ तो इमाम हसन पाक याद आ जाते हैं, बेटे आप रहो। इनकी निस्बत बीबी सकीना से हुई थी लेकिन मेहंदी वेदी नहीं थी, बस ये याद करना, मेहंदी का सिलसिला नहीं था, निस्बत हुई थी बीबी सकीना से। इमाम हसन के लाल, इनका नाम इमाम कासिम था, इमाम हुसैन को बड़े प्यारे थे, भतीजा भी बेटा होता है। आपने उनको रोका, वो नहीं रुके, मैदान करबला में इजाज़त जाने की ले ली। जब इमाम कासिम मैदान में गए तो उधर से जब यजीदियों ने देखा तो हैरत में पड़ गए, इतना हसीन, इतना खूबसूरत, इतना चमकता दमकता हुआ चेहरा, ये कौन है? फरमाया हम अहले बैत में से हैं, हम अहले बैत हैं, मैं अली का लाल हूँ, इमाम हसन का बेटा हूँ, इमाम हुसैन का गुलाम हूँ। ये अरबी में, मैं तर्जमा उर्दू में कर रहा हूँ, मैं हुसैन का गुलाम हूँ और मैं आका हुसैन पर जान देने के लिए आया हूँ, मैंने जान देनी है, अगर किसी में हिम्मत है तो सामने आए। इब्ने साद ने कहा अरज़क से, अरज़क तुम सबसे बड़े बहादुर हो, इसका मुकाबला करो। उसने कहा जी ये बच्चा है और मैं बच्चे के सामने जाऊं, मेरे बेटे जो खड़े हैं चार, मेरा बेटा चला जाएगा। जब एक बेटा गया तो एक बेटे को फिनार कर दिया आपने, दूसरा गया तो दूसरे को आपने फिनार किया, तीसरा गया तो तीसरे को फिनार किया, चौथा गया तो चौथे को फिनार किया। अब अरज़क अपने बेटों का इंतकाम लेने के लिए दौड़ा, जब मैदान में आया तो अरज़क को भी आपने फिनार कर दिया। इमाम कासिम ने तीनों को, चारों को कत्ल करने के बाद इमाम कासिम ने देखा कि मेरा मुकाबल करने वाला कोई एक एक नहीं आया। उस वक्त दस्तूर था जंग का कि एक मुकाबले में आता था, उन लोगों ने चाल चली तो चारों तरफ से आपको घेर लिया।